ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਹ ਵੀਡੀਓ ਹੈ ਜਿਹੜੀ ਲੁਧਿਆਣਾ ਦੇ ਗਿੱਲ ਰੋਡ ਦੀ ਹੈ ਜਿੱਥੇ ਇੱਕ ਪਰਿਵਾਰ ਹੈ ਜਿਹੜਾ ਰਾਤ ਦੇ ਸਮੇਂ ਬਰੀਆਨੀ ਖਾਣ ਜਾਂਦਾ ਹੈ ਪਰ ਜਦੋਂ ਉਹ ਬਰੀਆਨੀ ਖਾਣ ਲੱਗਦਾ ਪਰਿਵਾਰ ਤਾਂ ਉਹ ਬਰੀਆਨੀ ਨੂੰ ਦੇਖ ਕੇ ਹੱਕੇ ਬੱਕੇ ਰਹਿ ਜਾਂਦੇ ਨੇ ਕਿਉਂਕਿ ਬਰੀਆਨੀ ਦੇ ਵਿੱਚ ਜਿਹੜਾ ਕੋਕਰੋਚ ਹੁੰਦਾ ਤਾਂ ਜਦੋਂ ਪਰਿਵਾਰਕ ਮੈਂਬਰ ਉਸ ਬਰੀਆਨੀ ਨੂੰ ਖਾਣ ਲੱਗਦੇ ਨੇ ਤਾਂ ਬਰੀਆਨੀ ਦੇ ਵਿੱਚ ਉਹ ਕਾਕਰੋਚ ਦੇਖਦੇ ਨੇ ਤੇ ਮੌਕੇ ਦੇ ਉੱਪਰ ਹੀ ਜਿਹੜਾ ਰੈਸਟੋਰੈਂਟ ਦਾ ਮਾਲਕ ਸੀ ਜਾਂ ਉੱਥੇ ਮੁਲਾਜ਼ਮ ਜਿਹੜੇ ਕੰਮ ਕਰਦੇ ਸੀ ਉਹਨਾਂ ਨੂੰ ਦੱਸਿਆ ਜਾਂਦਾ ਕਿ ਜਿਹੜੀ ਥੋੜੀ ਬਰੀਆਨੀ ਆ ਉਸ ਦੇ ਵਿੱਚ ਕਾਕਰੋਚ ਨੇ ਤਾਂ ਇਹ ਜਿਹੜੀ ਵੀਡੀਓ ਆ ਉਸ ਨੌਜਵਾਨ ਦੇ ਵੱਲੋਂ ਬਣਾਈ ਗਈ ਆ ਜਿਹੜਾ ਉੱਥੇ ਆਪਣੇ ਪਰਿਵਾਰ ਦੇ ਸਮੇਤ ਜਾ ਕੇ ਬਰੀਆਨੀ ਖਾਣ ਲੱਗਦਾ ਤੇ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਉਹ ਨੌਜਵਾਨ ਆ ਜਿਹੜਾ ਪਾ ਦਿੰਦਾ ਤੇ ਉੱਥੇ ਹੀ ਸ਼ਾਸਨ ਦੇ ਕੋਲੋਂ ਉਹ ਮੰਗ ਕਰਦਾ ਹੈ ਕਿ ਜਿਹੜੀਆਂ ਇਹੋ ਜਿਹੀਆਂ ਦੁਕਾਨਾਂ ਨੇ ਜਿੱਥੇ ਸਵਾਈ ਜਿੱਥੇ ਸਫਾਈ ਵਧੀਆ ਤਰੀਕੇ ਦੀ ਨਹੀਂ ਹੁੰਦੀ ਵਧੀਆ ਜਿਹੜਾ ਭੋਜਨ ਆ ਉਹ ਨਹੀਂ ਵਰਤਾਇਆ ਜਾਂਦਾ ਤਾਂ ਅਜਿਹੀਆਂ ਦੁਕਾਨਾਂ ਨੂੰ ਬੰਦ ਕਰਨਾ ਚਾਹੀਦਾ ਤਾਂ ਸੋਸ਼ਲ ਮੀਡੀਆ ਦੇ ਉੱਪਰ ਉਹ ਮੁਲਾਜ਼ਮ ਨਾਲ ਗੱਲ ਕਰਦਾ ਵੀ ਨਜ਼ਰ ਆਉਂਦਾ ਕਿ ਤੁਸੀਂ ਲੋਕਾਂ ਨੂੰ ਕੀ ਸਵਾਹ ਖੇ ਖੜਾਈ ਜਾਂਦੇ ਹੋ ਕਿ ਜਦ ਕਿ ਅਸੀਂ ਉਰੇ ਬਰੀਆਨੀ ਖਾਣ ਆਏ ਸੀ ਕਿ ਥੋੜੀ ਬਰੀਆਨੀ ਇੰਨੀ ਜ਼ਿਆਦਾ ਗੰਦੀ ਸੀ ਕਿ ਉਸ ਦੇ ਵਿੱਚ ਜਿਹੜੇ ਕਾਕਰੋਚ ਨਿਕਲੇ ਤਾਂ ਇਹ ਮੌਕੇ ਦੇ ਉੱਪਰ ਹੀ ਉਹ ਨੌਜਵਾਨਾ ਜਿਹੜਾ ਉਸ ਬਰੀਆਨੀ ਦੀ ਵੀਡੀਓ ਬਣਾ ਲੈਂਦਾ ਕਾਕਰੋਚ ਦੀ ਵੀਡੀਓ ਬਣਾ ਲੈਂਦਾ ਉਸ ਦੁਕਾਨ ਦੀ ਵੀਡੀਓ ਬਣਾ ਲੈਂਦਾ ਤੇ ਨਾਲ ਦੀ ਨਾਲ ਹੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਦਿੰਦਾ ਤਾਂ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਤੇਜ਼ੀ ਦੇ ਨਾਲ ਵਾਇਰਲ ਹੋਈ ਤਾਂ ਜਦੋਂ ਪਤਾ ਲੱਗਾ ਇਹ ਵੀਡੀਓ ਸੀਗੀ ਜਿਹੜੀ ਲੁਧਿਆਣਾ ਦੇ ਗਿੱਲ ਚੌਕ ਦੀ ਸੀ ਜਿੱਥੇ ਇੱਕ ਬਰੀਆਨੀ ਦੀ ਦੁਕਾਨ ਸੀ ਚਿਕਨ ਦੀ ਦੁਕਾਨ ਸੀ ਜਿੱਥੇ ਇੱਕ ਨੌਜਵਾਨ ਆਪਣੇ ਪਰਿਵਾਰ ਸਮੇਤ ਬਰੀਆਨੀ ਖਾਣ ਜਾਂਦਾ ਪਰ ਉੱਥੇ ਬਰੀਆਨੀ ਦੇ ਵਿੱਚ ਕਾਕਰੋਚ ਨਿਕਲਦੇ ਨੇ ਜਿਸ ਕਰਕੇ ਉਹ ਨੌਜਵਾਨ ਸੀ ਜਿਹੜਾ ਮੌਕੇ ਦੇ ਉੱਪਰ ਹੀ ਵੀਡੀਓ ਬਣਾ ਲੈਂਦਾ ਤੇ ਸੋਸ਼ਲ ਮੀਡੀਆ ਦੇ ਉੱਪਰ ਉਹ ਵਾਇਰਲ ਕਰ ਦਿੰਦਾ ਬਾਈ ਮੇਰਾ ਨਾਮ ਮੇਰਾ ਨਾਮ ਸੋਖੀ ਆ ਜੀ ਮੈਂ ਆਪਣੀ ਪੂਰੀ ਫੈਮਿਲੀ ਦੇ ਨਾਲ ਫੈਣੀ ਰੋਡ ਤੇ ਬੈਠ ਕੇ ਕੋਲ ਮਾਰ ਨੂੰ ਸੀ ਬਰੋਨੀ ਕਹ ਲਾਇਆ ਸੀ ਠੀਕ ਹੈ ਜੀ ਇਹ ਫਾਈ ਨੇ ਮੈਨੂੰ ਬਰੀਆਨੀ ਸਰਵ ਕੀਤੀ ਆ ਤੇ ਬਰੀਆਨੀ ਦੀ ਇਹ ਬਾਈ ਦੀ ਬਰੀਆਨੀ ਦੇ ਵਿੱਚੋਂ ਮੈਨੂੰ ਕੋਗਰੇ ਜੀ ਨਿਕਲੇ ਆ ਜੋ ਕਿ ਮੈਨੂੰ ਦਿਖਾ ਕੇ ਗਏ ਮੈਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਵੀ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਤੇ ਇਦਾਂ ਇਦਾਂ ਕੰਮ ਬੰਦ ਕਰਾਈਆਂ ਜਾਣ